उम्मीद करते हैं जी सारे ठीक ठाक हो चढ़ती कला चो। मैं ते भाई बैठे सीगे असी गल करी जांदे सीगे जिहड़ा पिछले चार पांच दिन तो भाई दीप सिद्धू ते रीना राय दा जिहड़ा इशू चलदा भी कोई तो भाई उहनू कह दिंदा भी एक स्टेट की साजिश सी भी वह एक एक्सीडेंट नहीं सीगा एक नैच भी अटैक सीगा स्टेट वल्लों भाई दीप सिद्धू ते पर जे आपां रीना राय की सुणीए वह कहिंदी भी नैचुरल एक्सीडेंट सीगा उहदे ते आपां गल करदे सी। मैं चाहुंदा भी तुसीं थोड़ा जिहा अपने व्यूअर्स नूं भी दसो भी वह गल की है सारी। ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਜਿੰਨੇ ਕੁ ਸਾਨੂੰ ਸੁਣਦੇ ਆ ਲਿਮਿਟਡ ਜੇ ਲੋਕ ਸੁਣਦੇ ਆ ਸਾਨੂੰ ਅਤੇ ਆਪਾਂ ਨੂੰ ਕੋਈ ਐਵੇਂ ਨਹੀਂ ਕਿ ਬਾਹਲੇ ਲੋਕ ਸੁਣ ਸਾਨੂੰ ਐਵੇਂ ਜਿੰਨੇ ਕੁ ਸਾਡੇ ਵੀਰ ਭਰਾ ਜਿਹੜੇ ਗੱਲ ਨੂੰ ਸਮਝਣਾ ਚਾਹੁੰਦੇ ਆ ਜਿਨ੍ਹਾਂ ਦੇ ਸੱਚ ਪਸੰਦ ਆ। ਜਿੱਥੋਂ ਤੱਕ ਕਰਨ ਰੀਨਾ ਰਾਏ ਉਹਨਾਂ ਦਾ ਸਵਾਲ ਹੈ ਮੇਰੇ ਹਿਸਾਬ ਦੇ ਵਿੱਚ ਕੀ ਮਤਲਬ ਸੱਚਾਈ ਉਹ ਇਹ ਹੈ ਕਿ ਉਹ ਕੁੜੀ 110% ਉਹ ਸੱਚੀ ਆ। ਅੱਛਾ ਜੀ ਜੋ ਬੋਲ ਰਹੀ ਹੈ ਉਹ ਸਹੀ ਹੈ ਕਿਉਂਕਿ ਸੱਚ ਝੂਠ ਨਿਕਲਦਾ ਹੁੰਦਾ ਹੈ ਲੜੀਆਂ ਜੋੜ ਕੇ ਕੜੀਆਂ ਜੋੜ ਕੇ ਜਿਹਨੂੰ ਫੈਕਟ ਤੋਂ ਕਹਿੰਦਾ। ਹਾਂ ਜੇ ਫੈਕਟ ਆਪਾਂ ਮਿਲਾਈਏ ਆਪਣੀ ਕਾਮਨ ਸੈਂਸ ਯੂਜ਼ ਕਰੀਏ ਜੇ ਘਟਨਾਵਾਂ ਨੂੰ ਬਰੀਕੀ ਨਾਲ ਦੇਖੀਏ ਹਾਂਜੀ ਕਿਉਂਕਿ ਤਾਂ ਹੀ ਹੈ ਨਾ। ਹੁਣ ਆਪਾਂ ਨੂੰ ਇਹ ਕਹਿ ਕੇ ਤਾਂ ਸੁਣਨਾ ਬੜਾ ਸੌਖਾ ਵੀ ਇਹਨੇ ਮਰਵਾ ਤਾ ਇਹ ਸਟੇਟ ਦੀ ਏਜੰਟ ਹੈ। ਪਹਿਲੀ ਗੱਲ ਤਾਂ ਉਹ ਕੁੜੀ ਜਿਸ ਦਿਨ ਫਸਟ ਟਾਈਮ ਲਾਈਵ ਹੋਈ ਪਹਿਲੀ ਗੱਲ ਤਾਂ ਮੀਡੀਆ ਹੋਰ ਲੋਕ ਉਹਨੂੰ ਇੱਕ ਸਵਾਲ ਕਰਦੇ ਨੇ ਉਹਨੂੰ ਕਹਿੰਦੇ ਨੇ ਤੁਸੀਂ ਸਾਲ ਬਾਅਦ ਕਿਉਂ ਬੋਲੇ ਇਹ ਗੱਲ ਬਿਲਕੁਲ ਨਿਰੋਲ ਝੂਠ ਆ। ਉਹ ਕੁੜੀ ਉਹਦੀ ਜਦੋਂ ਥੋੜੀ ਠੀਕ ਹੋਈ ਉਹਦੀ ਬੈਕ ਤੇ ਸੱਟ ਵੱਜੀ ਜਾਂ ਜੋ ਵੀ ਹੋਇਆ ਇੰਟਰਨਲ ਇੰਜਰੀ ਵੀ ਹੋਇਆ ਕਹਿੰਦੇ ਹਾਂ ਉਹ ਦੈਟਸ ਵਾਈ ਉਹ ਆਪਣੇ ਘਰਦਿਆਂ ਕੋਲ ਗਈ ਉਹਨੇ ਉੱਥੋਂ ਇਲਾਜ ਕਰਵਾਇਆ। ਉਹਨੇ ਉਹਦੀ ਇੱਕ ਚੈਨਲ ਹੈ ਬਾਹਰਲਾ ਉਹ ਬਾਈ ਨੇ ਚਿੱਟੀ ਦਾੜੀ ਵਾਲੇ ਆਈ ਥਿੰਕ ਉਹਨਾਂ ਦਾ ਪਤਾ ਨਹੀਂ ਕੀ ਨਾਂ ਹੈ ਉਹਨਾਂ ਦੇ ਸਟੂਡੀਓ ਤੇ ਦੋ ਜਣੇ ਬੈਠੇ ਹੁੰਦੇ ਆ ਉਹ ਸਟੂਡੀਓ ਚ ਉਹਨਾਂ ਦੇ ਉਹ ਗਈ ਹੈ ਉਹਨੇ ਜਿਹੜੀਆਂ ਗੱਲਾਂ ਉਦੀ ਕਰਤੀਆਂ ਸੇਮ ਗੱਲਾਂ ਉਹ ਅੱਜ ਕਰ ਰਹੀ ਹੈ। ਇੱਕ ਵੀ ਗੱਲ ਦਾ ਉਹਦਾ ਨਾ ਉਦੋਂ ਫਰਕ ਸੀ ਨਾ ਹੁਣ ਫਰਕ ਸੀ। ਤੇ ਰਹੀ ਗੱਲ ਜਿਹੜੀ ਮੇਨਲੀ ਆਪਾਂ ਕਹਿੰਦੇ ਹਾਂ ਵੀ ਇਹ ਸਾਜਿਸ਼ ਹੈ ਹੋਰ ਹੈ ਪਹਿਲੀ ਇੱਕ ਮੇਰੇ ਹੋਰ ਗੱਲ ਯਾਦ ਆ ਗਈ ਹੁਣ ਲੋਕ ਕਹਿੰਦੇ ਵੀ ਉਹ ਚਲੀ ਕਿਉਂ ਗਈ ਨਾਲ ਦੀ ਨਾਲ ਭੱਜੀ ਕਿਉਂ। ਉਹ ਸਾਫ਼ ਕਹਿ ਰਹੀ ਹੈ ਵੀ ਮੈਨੂੰ ਬਾਈ ਦੀਪੁਰਾ ਦੇ ਪਰਿਵਾਰ ਨੇ ਨਹੀਂ ਐਕਸੈਪਟ ਕਰਿਆ ਉਹਨਾਂ ਨੇ ਕਿਹਾ ਵੀ ਤੂੰ ਭੋਗਤੇ ਨਾ। ਹੁਣ ਦੇਖੋ ਇੱਕ ਕੁੜੀ ਹੈ ਉਹਦਾ ਵਿਆਹ ਹੁਣ ਜਾ ਰਿਹਾ ਉਹਦਾ ਪਿਆਰ ਹੈ ਆਪਾਂ ਸਮਝਦੇ ਹਾਂ ਯਾਰ ਆਪਾਂ ਸਮਾਜ 'ਚ ਰਹਿੰਦੇ ਹਾਂ ਇੱਕ ਕੁੜੀ ਕਿੰਨਾ ਇਮੋਸ਼ਨਲ ਹੁੰਦੀ ਹੈ ਜਦ ਕਿਸੇ ਨਾਲ ਜੁੜੀ ਹੁੰਦੀ ਹੈ। ਉਹ ਰਿਲੇਸ਼ਨ ਵੀ ਉਹਨਾਂ ਦਾ ਕਾਫੀ ਲੰਮੇ ਸਮੇਂ ਤੋਂ ਸੀਗਾ ਕੋਈ ਐ ਨਹੀਂ ਸੀ ਵੀ ਹਫ਼ਤੇ 10 ਦਿਨ ਤੋਂ ਜਾਂਦੇ ਉਹ ਲੁਕੋ ਨਹੀਂ ਸੀ ਰਹੀ ਉਹਨੇ ਪਹਿਲਾਂ ਸੋਸ਼ਲ ਮੀਡੀਆ ਤੇ ਫੋਟੋਜ਼ ਵਗੈਰਾ ਵੈਲੈਂਟਾਈਨ ਨੂੰ ਉਹਨੇ ਆਪਦੀ ਫੋਟੋ ਵੀ ਪਾਈ ਆ। ਹੁਣ ਉਹਨੂੰ ਕਹਿੰਦੇ ਆ ਵੀ ਤੂੰ ਚਲੀ ਕਿਉਂ ਗਈ ਉਹਦੇ ਨਾਲ ਆਹੀ ਧੋਖਾ ਹੋਇਆ ਉਹਦੇ ਨਾਲ ਧੋਖਾ ਇਹ ਹੋਇਆ ਉਹ ਵਿਚਾਰੀ ਆਉਣਾ ਚਾਹੁੰਦੀ ਸੀਗੀ ਹਨਾ ਉਹ ਚਾਹੁੰਦੀ ਸੀ ਮੈਂ ਸੰਸਕਾਰ ਤੇ ਜਾਵਾਂ ਦੇਖੋ ਜਿਹਨੂੰ ਪਿਆਰ ਕਰਦੀ ਹੈ ਪਹਿਲੀ ਗੱਲ ਤਾਂ ਉਹਦੀ ਡੈਥ ਹੋਈ ਉਹ ਟ੍ਰੈਜਿਕ ਕਿੰਨਾ ਮਾੜਾ ਕਿੰਨਾ ਮਤਲਬ ਪਹਾੜ ਟੁੱਟਣ ਵਾਲਾ ਕੰਮ ਹੋਇਆ। ਦੂਸਰੀ ਟ੍ਰੈਜਡੀ ਇਹ ਕਿ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਨਾਲ ਬੈਠਾ ਬੰਦਾ 5 ਸਕਿੰਟ ਪਹਿਲਾਂ ਉਹਦੇ ਨਾਲ ਹੈ ਤੇ ਅੱਧੇ ਮਿੰਟ ਬਾਅਦ ਉਹਦੇ ਨਾਲ ਨਹੀਂ ਉਹ ਟ੍ਰੈਜਡੀ ਉਹ ਕਿਉਂ ਨਹੀਂ ਚਾਹੂਗੀ ਵੀ ਮੈਂ ਉਹਦਾ ਚਿਹਰਾ ਦੇਖਾਂ। ਉਹ ਕਹਿੰਦੀ ਮੈਨੂੰ ਪਰਿਵਾਰ ਨੇ ਉਦੋਂ ਕਹਿਤਾ ਵੀ ਤੂੰ ਜਾ ਵੀ ਇੱਥੇ ਤਾਂ ਜੀ ਤੇਰੇ ਨੂੰ ਇੱਥੇ ਪ੍ਰੋਬਲਮ ਹੈ ਜੇ ਹੈ ਵੋ ਹੈ ਉਹ ਚਲੀ ਗਈ ਠੀਕ ਹੈ। ਪਰਿਵਾਰ ਹੁਣ ਕਹਿੰਦਾ ਵੀ ਅਸੀਂ ਤਾਂ ਇਹਨੂੰ ਰੋਕਿਆ ਨਹੀਂ ਰੌਲਾ ਤਾਂ ਇਸੇ ਗੱਲ ਦਾ ਨਾ ਉਹ ਕਹਿੰਦੀ ਮੇਰੇ ਨਾਲ ਇਹ ਧੋਖਾ ਹੋਇਆ। ਦੂਸਰੀ ਗੱਲ ਜਾਣ ਦੀ ਗੱਲ ਵੀ ਉਹ ਚਲੀ ਕਿਉਂ ਗਈ ਹੁਣ ਦੇਖੋ ਉਹਦਾ ਬਾਈ ਦੀਪ ਸਿੱਧੂ ਇਹ ਸਾਰਾ ਕੁਛ ਸੀ ਨਾ ਬਿਲਕੁਲ ਜੀ ਇੰਡੀਆ ਦੇ ਵਿੱਚ ਪਰਿਵਾਰ ਉਹਦਾ ਬਾਹਰ ਰਹਿੰਦਾ ਹਾਂਜੀ ਬਾਈ ਦੀ ਹੋ ਜਾਂਦੀ ਹੈ ਡੈਥ ਪਰਿਵਾਰ ਕਹਿੰਦਾ ਤੂੰ ਆ ਨਾ ਫਿਰ ਜਵਾਕ ਜਾਊ ਕਿਹਦੇ ਕੋਲੇ ਕੁੜੀ ਜਾਊ ਕਿਹਦੇ ਕੋਲ ਆਪਦੀ ਫੈਮਿਲੀ ਕੋਲ ਜੀ ਗਾਹ ਫਿਰ ਫੈਮਿਲੀ ਨੂੰ ਨਹੀਂ ਆਇਆ ਹੋਊਗਾ ਵੀ ਯਾਰ ਸਾਡੀ ਕੁੜੀ ਨਾਲ ਐਡੀ ਟ੍ਰੈਜਡੀ ਹੋ ਗਈ ਅਸੀਂ ਉਹਦੇ ਕੋਲ ਹੋਣੇ ਚਾਹੀਦੇ ਹਾਂ ਅਗਲਿਆਂ ਨੇ ਟਿਕਟਾਂ ਕਰਾਈਆਂ ਬੁਲਾਈ ਇਲਾਜ ਹੋਇਆ ਹਨਾ ਵਟ ਐਵਰ ਜਦੋਂ ਬੋਲਣ ਜੋਗੀ ਹੋਈ ਜਦ ਉਹਨੇ ਮਹੀਨੇ ਬਾਅਦ ਸਾਰੀ ਕਹਾਣੀ ਦੱਸੀ। ਵੀਰੇ ਆਪਾਂ ਨੋਰਮਲ ਆਪਾਂ ਨਾ ਰਾਹ ਜਾਂਦੇ ਹੋਈਏ ਆਪਾਂ ਕੋਈ ਐਕਸੀਡੈਂਟ ਨੋਰਮਲ ਦੇਖ ਲਈਏ ਕਿਸੇ ਅਨਨੋਨ ਦਾ 15-20 ਦਿਨ ਤਾਂ ਆਪਾਂ ਨੂੰ ਟਰੋਮੇ ਚੋਂ ਲੱਗ ਜਾਂਦੇ ਨਿਕਲਣ ਨੂੰ। ਇੱਕ ਹੋਰ ਗੱਲ ਟਰੋਮਾ ਸਾਰੀ ਉਮਰ ਆਪਣੇ ਮੈਂ ਤਾਂ ਉਸ ਕੁੜੀ ਨੂੰ ਤੁਸੀਂ ਕਹਿੰਦੇ ਨਾ ਵੀ ਸਟੇਟ ਏਜੰਟ ਕਿਉਂ ਨੀ ਹਾਂਜੀ ਸਟੇਟ ਏਜੰਟ ਉਹ ਇੱਦਾਂ ਨੀ ਹੈਗੀ ਕਿਉਂਕਿ ਜੇ ਉਹ ਚਾਹੁੰਦੀ ਜੇ ਉਹ ਸਟੇਟ ਏਜੰਟ ਹੁੰਦੀ ਸਟੇਟ ਦੇ ਏਜੰਟ ਜਿਨ੍ਹਾਂ ਨੇ ਐਡੇ ਐਡੇ ਕਾਂਡ ਕਰਨੇ ਹੁੰਦੇ ਆ ਉਹਨਾਂ ਨੂੰ ਦੁਬਾਰੇ ਪਬਲਿਕ ਚ ਆਉਣ ਦੀ ਕੀ ਲੋੜ ਹੈ। ਉਹਨਾਂ ਨੂੰ ਟਾਸਕ ਮਿਲਿਆ ਪੈਸਾ ਮਿਲਿਆ ਕੰਮ ਪੂਰਾ ਕਰਿਆ ਉਹ ਗਾਇਬ ਹੋ ਗਏ ਤੇ ਰੀਨਾ ਰਾਏ ਕੋਲ ਤਾਂ ਇੰਨਾ ਵਧੀਆ ਬਹਾਨਾ ਸੀ ਲੋਕਾਂ ਚੋਂ ਗਾਇਬ ਹੋਣ ਦਾ ਉਹਨੇ ਕਹਿਣਾ ਸੀਗਾ ਮੈਂ ਤਾਂ ਦੀਪ ਨੂੰ ਪਿਆਰ ਕਰਦੀ ਸੀ ਉਹ ਮੇਰੇ ਅੱਖਾਂ ਦੇ ਸਾਹਮਣੇ ਚਲਾ ਗਿਆ ਮੈਂ ਸ਼ੌਕ ਚ ਹਾਂ ਮੈਂ ਮਤਲਬ ਡਿਪਰੈਸ਼ਨ ਚ ਹਾਂ ਮੈਂ ਤਾਂ ਬੋਲਣ ਦੇ ਹੀ ਕਾਬਲ ਨਹੀਂ ਹੈਗੀ ਮੈਂ ਤਾਂ ਘਰੋਂ ਹੀ ਨਹੀਂ ਨਿਕਲਦੀ ਮੈਂ ਤਾਂ ਆਪਦੀ ਫੈਮਿਲੀ 'ਚ ਹੀ ਬੈਠੀ ਹਾਂ ਠੀਕ ਹੈ। ਉਹਨੂੰ ਕੀ ਲੋੜ ਹੈ ਟਿਕਟਾਂ ਕਰਾ ਕੇ ਆਵੇ ਲੋਕਾਂ 'ਚ ਦੱਸੇ ਹਨਾ ਫਿਰ ਉਹਦੀ ਜਾਨ ਨੂੰ ਕਿੱਡਾ ਖਤਰਾ
ਹੁਣ ਕਿੰਨੇ ਲੋਕ ਕਿੰਨੇ ਲੋਕਾਂ ਨੂੰ ਇਹ ਆ ਵੀ ਇਹ ਗਦਾਰ ਹੈ ਇਹ ਮਾੜੀ ਆ ਗਾਲਾਂ ਕੱਢਦੇ ਨੇ ਮਾਵਾਂ ਭੈਣਾਂ ਦੀਆਂ ਉਹ ਬਈ ਬਹੁਤ ਗਲਤ ਆ ਤੇ ਉਹਦੇ ਤੇ ਵੀ ਆਪਾਂ ਬਾਅਦ ਚ ਆਉਂਦੇ ਹਾਂ ਵੀ ਯਾਰ ਸਾਡਾ ਸੋਸ਼ਲ ਮੀਡੀਆ ਐਵੇਂ ਦਾ ਕਾਹਤੋਂ ਹੋ ਗਿਆ ਆਪਣੇ ਵਿਚਾਰ ਕਿਸੇ ਨਾਲ ਨਹੀਂ ਰਲਦੇ ਹੁਣ ਕੋਈ ਬੰਦਾ ਤਾਂ ਕਾਮਨ ਸੈਂਸ ਨਾਲ ਸੋਚਦਾ ਕੋਈ ਬੰਦਾ ਹੁੰਦਾ ਐਵੇਂ ਹੀ ਬਸ ਗੱਲਾਂ ਸੁਣੀਆਂ ਜਜ਼ਬਾਤੀ ਹੋਇਆ ਕੋਈ ਜਜ਼ਬਾਤੀ ਬੰਦਾ ਰੀਨਾ ਰਹੇ ਤੇ ਗੋਲੀ ਮਾਰ ਦੇਵੇ ਇਹਦੇ ਕਿਰਪਾਨ ਨਾਲ ਇਹਦੀ ਧੌਣ ਲਾ ਦੇਵੇ ਕੌਣ ਜ਼ਿੰਮੇਵਾਰ ਹੈ ਉਹਦਾ ਅਗਲਿਆਂ ਦੀ ਕੁੜੀ ਮਰ ਜੂਗੀ ਬਿਲਕੁਲ ਪਰ ਉਹ ਜਾਨ ਦੀ ਨਾ ਪਰਵਾਹ ਕਰਦੇ ਹੋਏ ਲੋਕਾਂ ਚ ਫਿਰ ਰਹੀ ਹੈ ਸਿਰਫ ਇਸ ਗੱਲ ਲਈ ਵੀ ਸੰਸਾਰ ਵੀ ਮੇਰਾ ਲੁੱਟਿਆ ਘਰ ਵਾਲਾ ਵੀ ਮੇਰਾ ਮਰਿਆ ਘਰ ਵਾਲੀ ਬਣਨਾ ਸੀ ਘਰ ਵਾਲੇ ਵਿਆਹ ਕਰਾਉਣ ਕਹਿੰਦੇ ਸੀ ਸਾਰਾ ਕੁਝ ਮੇਰਾ ਮਤਲਬ ਬਰਬਾਦ ਹੋ ਗਿਆ ਤੇ ਚੋਰ ਵੀ ਮੈਂ ਲੁੱਟੀ ਵੀ ਮੈਂ ਚੋਰ ਵੀ ਮੈਂ ਉਹਨੂੰ ਰੋਕਿਆ ਗਿਆ ਦੇਖੋ ਮੈਂ ਇੱਥੇ ਮਤਲਬ ਐ ਨੀ ਮੈਂ ਕਹਿੰਦਾ ਵੀ ਸਟੇਟ ਇਹੋ ਜਿਹਾ ਕੁਛ ਕਰਦੀ ਨੀ ਸਟੇਟਾਂ ਕਰਦੀਆਂ ਨੇ ਪਰ ਤੂੰ ਐ ਦੱਸ ਬਾਈ ਦੀਪ ਸਿੱਧੂ ਸਿੱਖਾਂ ਦੀ ਗੱਲ ਕਰਦਾ ਸੀ ਸਟੇਟ ਤਾਂ ਉਹਨੂੰ ਸਿੱਧੇ ਮੱਥੇ ਵੀ ਮਾਰ ਸਕਦੀ ਸੀ ਉਹਨੂੰ ਮਾਰ ਕੇ 100 ਕਰੋੜ ਹਿੰਦੂਆਂ ਨੂੰ ਖੁਸ਼ ਕਰਦੇ ਅਗਲੇ ਬਿਲਕੁਲ ਜੀ ਵਿਆਹ ਦੇਖੋ ਭਾਈ ਕੰਟਰੀ ਤੋੜਨ ਦੀ ਗੱਲ ਕਰਦਾ ਸੀ ਅਸੀਂ ਮਾਰਤਾ 100 ਕਰੋੜ ਲੋਕੋ ਖੁਸ਼ ਹੋ ਪਹਿਲਾਂ ਕਾਂਗਰਸ ਨੇ ਕਰਿਆ ਨੀ ਤੇ ਦੇਖੀ ਦੂਸਰਾ ਬਾਈ ਕਾਮਰੇਡਾਂ ਨੂੰ ਦੇ ਖਿਲਾਫ਼ ਬੋਲਦਾ ਸੀ ਕਾਮਰੇਡਾਂ ਦੇ ਖਿਲਾਫ਼ ਬੀਜੇਪੀ ਵੀ ਹੈ ਬੀਜੇਪੀ ਵੀ ਹੈ ਜੀ ਉਹਨਾਂ ਨੂੰ ਕਿੱਥੇ ਬੁਰਾ ਲੱਗਣਾ ਸੀ ਦੂਸਰਾ ਨਾਲੇ ਕਦੇ ਵੀ ਐਡੀਆਂ ਘਟਨਾਵਾਂ ਇੰਨੀ ਸਫਾਈ ਨਾਲ ਨਹੀਂ ਅੰਜਾਮ ਦਿੱਤੀਆਂ ਜਾ ਸਕਦੀਆਂ ਉਹ ਪਹਿਲੇ ਦਿਨ ਤੋਂ ਬੋਲ ਰਹੀ ਹੈ ਵਿਚਾਰੀ ਵੀ ਐ ਹੋਇਆ ਮੈਂ ਇੱਥੇ ਗਿਰ ਗਈ ਜਿੱਥੇ ਪੈਰ ਹੁੰਦੇ ਆ ਤੇ ਮਤਲਬ ਗੱਡੀ ਕਿੰਨੀ ਸਪੀਡ ਤੇ ਚਲਾਉਂਦੇ ਸੀ ਉਹ ਸਾਰਾ ਕੁਛ ਉਹ ਦੱਸ ਰਹੀ ਹੈ ਅਟੈਕ ਹੋਇਆ ਉੱਥੇ ਗਾਂ ਹੁਣ ਲੋਕਾਂ ਨੇ ਕੱਢਿਆ ਹੁਣ ਇੱਕ ਗੱਲ ਆ ਜਾਂਦੀ ਹੈ ਵੀ ਵੀਡੀਓ ਕਿਉਂ ਨਹੀਂ ਬਣੀ ਦੇਖੋ ਰਾਤ ਦਾ ਸਮਾਂ ਸੀਗਾ ਫਫੜਾ ਦਫੜੀ ਮੱਚ ਜਾਂਦੀ ਹੈ ਵੀਡੀਓ ਉਹਨਾਂ ਦੀ ਬਣੀ ਹੋਊਗੀ ਕਿਸੇ ਨਾ ਕਿਸੇ ਨੇ ਬਣਾਈ ਹੋਊ ਉਹ ਬੰਦੇ ਡਰ ਗਏ ਜਾਂ ਪੁਲਿਸ ਤੋਂ ਡਰ ਗਏ ਜਾਂ ਝਮੇਲੇ 'ਚ ਪੈਣ ਤੋਂ ਜਾਂ ਬਣੀ ਨਹੀਂ ਆਈ ਡੋਂਟ ਨੋ ਪਰ ਮੈਂ ਇਹਦੀ ਐਗਜ਼ਾਮਪਲ ਦਿੰਦਾ ਆਪਣਾ ਉਹ ਬਾਈ ਦੀ ਡੈਥ ਹੋਈ ਬਾਦਸ਼ਾਹਪੁਰ ਵਾਲੇ ਤਲਵਿੰਦਰ ਦੀ ਆਪਾਂ ਕਹਿ ਦਿੰਦੇ ਹਾਂ ਨਾ ਵੀ ਨਾਲ ਦਾ ਬੰਦਾ ਕਿਵੇਂ ਬਚ ਗਿਆ ਤਲਵਿੰਦਰ ਦੀ ਥਾਂ ਤੇ ਡੈਥ ਹੋ ਜਾਂਦੀ ਹੈ ਕਿੱਡੀ ਟ੍ਰੈਜਡੀ ਹੋਈ ਆ ਹਨਾ ਨਾਲ ਮੁੰਡਾ ਸੀਗਾ ਬਿਲਕੁਲ ਠੀਕ ਹੁਣ ਕੁਝ ਰੀਟ ਵੀ ਨਹੀਂ ਲੱਗੀ ਪਈ ਪਹਿਲਾਂ ਬਾਈ ਉਹਨਾਂ ਦਾ ਐਕਸੀਡੈਂਟ ਹੋਇਆ ਸੇਮ ਉਹਦੇ ਵਿੱਚ ਵੀ ਇੱਕ ਦੀ ਡੈਥ ਹੋ ਜਾਂਦੀ ਹੈ ਇੱਕ ਬਚ ਜਾਂਦੇ ਨੇ ਬਈ ਨਾਰਮਲ ਉਸ ਤੋਂ ਪਹਿਲਾਂ ਗੁਰਦਾਸ ਮਾਨ ਨਹੀਂ ਬਚਿਆ ਕਿੱਡਾ ਐਕਸੀਡੈਂਟ ਸੀਗਾ ਉਹ ਠੀਕ ਹੈ ਗੁਰਦਾਸ ਮਾਨ ਬਿਲਕੁਲ ਬਚ ਗਿਆ ਚਲੋ ਠੀਕ ਹੈ ਉਹਦੇ ਇੱਥੇ ਸੱਟ ਵੱਜ ਗਈ ਪਰ ਉਹ ਜਾਨ ਲੇਗਾ ਸੱਟ ਤਾਂ ਨਹੀਂ ਸੀ ਨਾ ਨਾਲੇ ਵੀਰੇ ਜੇ ਕੋਈ ਐਕਸੀਡੈਂਟ ਕਰਾਉਣਾ ਵੀ ਹੁੰਦਾ ਕੋਈ ਹੋਰ ਅਗਲੀ ਫਿਲਮ ਇੰਡਸਟਰੀ ਚ ਅਗਲੀ ਦਾ ਕਰੀਅਰ ਸੀਗਾ ਅਗਲੀ ਕਹਿੰਦੀ ਮੇਰੇ 60 ਫਿਟ ਵੱਜ ਜਾਂਦੀ ਕੋਈ ਮੈਂ ਅਗਲੀ ਵੀ ਰਿਸਕ ਲੈਂਦੀ ਫਿਰੂਗੀ ਜੀ ਦੇਖੋ ਤੁਸੀਂ ਹੋਰ ਨੂੰ ਬਿਠਾ ਦਿਓ ਸਟੇਟ ਕਦੇ ਵੀ ਐਦਾਂ ਦੇ ਹਾਂਜੀ ਮਤਲਬ ਪਹਿਲਾਂ ਕਦੇ ਕਰਦੇ ਹੋਣਗੇ ਐਵੇਂ ਮੈਂ ਨਹੀਂ ਕਹਿੰਦਾ ਇਹ ਕਰਨ ਨੂੰ ਸਾਰਾ ਕੁਛ ਕਰ ਲੈਂਦੇ ਐਡੀ ਗੱਲ ਨਹੀਂ ਹੈਗੀ ਪਰ ਸਟੇਟ ਕੋਲ ਤਾਂ ਹੁਣ ਇੰਨੇ ਫਾਈਨ ਤਰੀਕੇ ਆ ਗਏ ਆਪਣਾ ਵਿੱਕੀ ਗੱਲ ਸੁਣਾਉਂਦਾ ਹੁੰਦਾ ਬਈ ਆਪਣਾ ਸਰਾਂ ਦਾ ਹਾਂ ਮੇਰੇ ਨਾਮ ਨਹੀਂ ਯਾਦ ਮੈਂ ਮੋਟੀ ਮੋਟੀ ਸੁਣਾਉਣਾ ਇਹ ਜਿਹੜਾ ਇਜ਼ਰਾਈਲ ਤੇ ਫਲਸਤੀਨ ਦਾ ਰੌਲਾ ਨਹੀਂ ਚੱਲ ਹਾਂਜੀ ਇਜ਼ਰਾਈਲੀਆਂ ਨੇ ਫਲਸਤੀਨ ਦਾ ਇੱਕ ਕਮਾਂਡਰ ਸੀਗਾ ਹਾਂਜੀ ਹਮਾਸ ਵਾਲਿਆਂ ਦਾ ਸ਼ਾਇਦ ਹਮਾਸ ਉਹਨਾਂ ਦਾ ਗਰੁੱਪ ਆ ਉੱਥੇ ਵੀ ਆਹੀ ਕੁਛ ਹੈ ਨਾ ਫਲਸਤੀਨ ਵਾਲੇ ਕਹਿੰਦੇ ਨੇ ਵੀ ਇਹ ਸਾਡੀ ਧਰਤੀ ਹੈ ਇਜ਼ਰਾਈਲ ਵਾਲੇ ਧੱਕਾ ਕਰਦੇ ਆ ਧੱਕਾ ਵੀ ਕਰਦੇ ਆ ਉਹ ਕਹਿੰਦੇ ਸਾਡੀ ਹੈ ਉਹ ਕਹਿੰਦੇ ਸਾਡੀ ਸਦੀਆਂ ਤੋਂ ਅਸੀਂ ਤਾਂ ਉੱਜੜ ਕੇ ਗਏ ਵਾਪਸ ਆਏ ਹਾਂ ਫਲਸਤੀਨ ਵਾਲੇ ਚਲੋ ਉਹਨਾਂ ਦਾ ਕਮਾਂਡਰ ਸੀਗਾ ਉਹ ਕਹਿੰਦੇ ਵੀ ਇਹ ਕਮਾਂਡਰ ਮਾਰਨਾ ਇਹ ਖਤਰਨਾਕ ਹੈ ਉਹ ਕਮਾਂਡਰ ਰਹਿੰਦਾ ਸੀ ਅੰਡਰਗਰਾਊਂਡ ਪਹਿਲਾਂ ਤਾਂ ਮਾਂ ਦੇ ਪੁੱਤਾਂ ਨੇ ਉਹਨੂੰ ਲੱਭਿਆ ਫਿਰ ਕਹਿੰਦੇ ਵੀ ਜੇ ਇਹਨੂੰ ਗੋਲੀ ਮਾਰਤੀ ਫਿਰ ਫਲਸਤੀਨੀਆਂ ਦੇ ਵਿੱਚ ਸਪਿਰਿਟ ਆ ਜੂਗੀ ਹਨਾ ਹਾਂਜੀ ਵੀ ਉਹ ਮਾਈਂਡ ਕਰਨਗੇ ਹੋਰ ਹਥਿਆਰ ਚੱਕਣਗੇ ਉਹ ਕਹਿੰਦੇ ਮਾਰਨਾ ਵੀ ਇਹ ਮਾਰਿਆ ਵੀ ਕਿਵੇਂ ਜਾਵੇ ਉਹ ਬੰਦੇ ਦਾ ਟਿਕਾਣਾ ਲੱਭਿਆ ਟਿਕਾਣਾ ਲੱਭ ਕੇ ਉਹਦੀ ਪਰਚੂਨ ਵਾਲੀ ਕਰਿਆਨੇ ਵਾਲੀ ਦੁਕਾਨ ਲੱਭੀ ਵੀ ਉਹਦਾ ਇੱਕ ਨੌਕਰ ਕਿੱਥੋਂ ਸੌਦਾ ਚੱਕਦਾ ਉੱਥੋਂ ਉਹ ਸਾਰੀ ਸੈਟਿੰਗ ਕੀਤੀ ਉੱਥੇ ਟੁੱਥਪੇਸਟ ਰੱਖਿਆ ਅੱਛਾ ਜੀ ਟੁੱਥਪੇਸਟ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਪਾਈ ਵੀ ਜਦੋਂ ਉਹ ਕਰੂਗਾ ਉਹ ਰੋਜ਼ ਕਰੂਗਾ ਰੋਜ਼ ਕਰੂਗਾ ਜੀ ਉਹ ਥੋੜ੍ਹਾ 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 ਉਹਨੂੰ ਪ੍ਰੋਬਲਮ ਆਊਗੀ ਹਾਂਜੀ ਪਾਉਣ ਨੂੰ ਸਾਈਨਾਈਡ ਵੀ ਪਾ ਸਕਦੇ ਜੀ ਜਦੇ ਮਰ ਜਾਂਦਾ ਹਨਾ ਫਿਰ ਤਾਂ ਗੋਲੀ ਨਾਲ ਹੀ ਮਾਰ ਦਿੰਦੇ ਉਹਨੇ ਬ੍ਰਸ਼ ਕਰਨਾ ਸ਼ੁਰੂ ਕੀਤਾ ਦੋ ਚਾਰ ਦਿਨਾਂ ਬਾਅਦ ਪ੍ਰੋਬਲਮ ਆਉਂਦੀ ਹੈ 10 ਦਿਨਾਂ ਬਾਅਦ ਅੱਛਾ ਜੀ ਉਹ ਠੀਕ ਹੋ ਜਾਂਦਾ ਫਿਰ ਆਉਂਦੀ ਹੈ ਫਿਰ ਠੀਕ ਹੋ ਜਾਂਦਾ ਫਿਰ ਆਉਂਦਾ ਫਿਰ ਉਹ ਕਹਿੰਦੇ ਵੀ ਯਾਰ ਕੀ ਪ੍ਰੋਬਲਮ ਟੈਸਟ ਕਰਾਏ ਡਾਕਟਰ ਬੁਲਾਏ ਟੈਸਟਾਂ 'ਚ ਕੁਛ ਨਹੀਂ ਆ ਰਿਹਾ ਉਹਦੇ ਇੱਥੋਂ ਮਸੂੜਿਆਂ ਦੇ ਵਿੱਚੋਂ ਮਤਲਬ ਉਹ ਜਿਹੜਾ ਪੋਇਜ਼ਨ ਹੈ ਜ਼ਹਿਰ ਹੈ ਅਸਰ ਕਰਨਾ ਸ਼ੁਰੂ ਕਰਦਾ ਕਰਦੇ ਕਰਾਉਂਦੇ ਉਹਦੀ ਹਾਲਤ ਵਿਗੜੀ ਜਾਂਦੀ ਹੈ ਐਂਡ 'ਤੇ ਉਹ ਮਰ ਜਾਂਦਾ ਉਹਦੀ ਬਿਮਾਰੀ ਹੀ ਸਮਝ ਨਹੀਂ ਆਈ ਐਂਡ ਤੱਕ ਹਾਂ ਮੈਂ ਮੇਰੇ ਹੁਣ ਪੂਰੀ ਡਿਟੇਲ ਨਾਲ ਕਹਾਣੀ ਨਹੀਂ ਯਾਦ ਹੈਗੀ ਮੈਂ ਨਾ ਤਾਂ ਹੀ ਕੋਈ ਨਾਮ ਨਹੀਂ ਲੈ ਰਿਹਾ ਪਰ ਇਹ ਸਟੋਰੀ ਹੈ ਤੁਸੀਂ ਕਿਤੇ ਵੀ ਕੱਢ ਸਕਦੇ ਹੋ ਜਿਹੜੇ ਖੋਜੀ ਬੰਦੇ ਨੇ
ਇਹ ਤਾਂ ਫਿਰ ਜਿਹੜੇ ਉਹ ਉਸ ਮਿਸ਼ਨ ਨੂੰ ਅੰਜਾਮ ਦੇਣ ਵਾਲੇ ਏਜੰਟ ਹੁੰਦੇ ਨੇ 20-30 ਸਾਲਾਂ ਬਾਅਦ ਉਹਨੇ ਰਿਵੀਲ ਕੀਤਾ ਵੀ ਅਸੀਂ ਐ ਮਾਰਿਆ, ਮਤਲਬ ਏਦਾਂ ਏਦਾਂ ਦੇ ਜ਼ਹਿਰ ਆ ਗਏ ਵੀ ਅੱਜ ਤੁਸੀਂ ਬੰਦੇ ਨੂੰ ਖਵਾਓ ਤੈਨੂੰ 3 ਮਹੀਨੇ ਨੂੰ ਅਟੈਕ ਆਊਗਾ, ਤੈਨੂੰ 3 ਮਹੀਨੇ ਨੂੰ ਅਟੈਕ ਆਊਗਾ, ਤੂੰ ਘਰੇ ਪਿਆ ਮਰ ਜਾਏਗਾ, ਲੋਕਾਂ ਨੂੰ ਡਾਊਟ ਤੱਕ ਨੀ ਹੋਣਾ ਵੀ ਹਾਰਟ ਅਟੈਕ ਹੋਇਆ, ਏਦਾਂ ਏਦਾਂ ਦੀਆਂ ਮੈਡੀਸਨ ਆ ਗਈਆਂ, ਕੀ ਭਾਰਤ ਦੀ ਏਜੰਸੀ ਰਾਹ ਕੋਲੇ ਨੀ ਹੋਣੀ। ਨਾਲੇ ਕੁੜੀ ਤਾਂ ਇਹੋ ਜਿਹੀ ਆ ਵੀ ਮੈਨੂੰ ਲੱਗਦਾ ਜੇ ਇਹ ਤੂੰ ਇਹਦੇ ਸਾਹਮਣੇ ਮੱਲਾ ਦਾ ਕੋਈ ਜਾਨਵਰ ਮਰ ਜੇ ਮੈਨੂੰ ਲੱਗਦਾ ਹੁਣ ਲੋਕ ਕਹਿੰਦੇ ਨੇ ਵੀ ਤੂੰ ਉਸ ਦਿਨ ਤੈਨੂੰ ਕੋਈ ਫਰਕ ਨੀ ਸੀ ਦਿਖ ਰਿਹਾ, ਉਹ ਵੀ ਸੁਣੋ ਇਹ ਐਕਸੀਡੈਂਟ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਯਾਰ ਇਹ ਐਕਸੀਡੈਂਟ ਫਿਜੀਕਲੀ ਕਿੰਨੇ ਕੁ ਲੋਕਾਂ ਨਾਲ ਹੋਇਆ ਹੁੰਦਾ, ਲੱਖ ਚੋਂ ਕਿਸੇ ਇੱਕ ਨਾਲ ਹੋਇਆ ਹੁੰਦਾ ਵੀ ਨਾਲ ਬੰਦਾ ਬੈਠਾ ਮਰ ਜੇ, ਆਪਾਂ ਨੂੰ ਕੀ ਪਤਾ ਵੀ ਉਦੋਂ ਦਾ ਕੀ ਬਿਹੇਵੀਅਰ ਹੁੰਦਾ, ਹਿਊਮਨ ਮਾਇੰਡ ਹੈ ਉਹ ਸ਼ੌਕ ਚ ਆ ਗਈ, ਪਲੱਸ ਉਹਨੂੰ ਇਹ ਦੱਸਿਆ ਜਾ ਰਿਹਾ ਵੀ ਉਹ ਬਿਲਕੁਲ ਠੀਕ ਆ ਭਾਈ ਬਚ ਗਿਆ, ਤਾਂ ਬੰਦਾ ਕਿਉਂ ਰੋਊਗਾ, ਜਾਂ ਫਿਰ ਉਹ ਦੰਦ ਕੱਢ ਰਹੀ ਹੋਵੇ, ਦੰਦ ਤਾਂ ਨੀ ਨਾ ਕਿਤੇ ਕੱਢ ਰਹੀ, ਉਹ ਫੋਨ ਚਲਾ ਰਹੀ, ਫੋਨ ਦੇਖ ਰਹੀ ਆ, ਹੁਣ ਇੱਕ ਬੰਦਾ ਉਹਨੂੰ ਉਧਰ ਲੈ ਗਏ, ਉਹ ਆਪਦੇ ਪਰਿਵਾਰ ਨਾਲ ਨੀ ਗੱਲ ਕਰੂ, ਕਿਹਦੇ ਨਾਲ ਕਰੂ, ਕੁੜੀ ਆ ਯਾਰ ਉਹ, ਆਫਟਰ ਆਲ ਪੰਜਾਬ ਦੀ ਜੰਪ ਵਾਲਾ, ਇੱਕ ਪਾਸੇ ਤਾਂ ਆਪਾਂ ਕਹਿੰਦੇ ਵੀ ਐਨ ਆਰ ਆਈਆਂ ਦੀ ਰਿਸਪੈਕਟ ਕਰੋ, ਉਹਨੂੰ ਮਾਂ ਦੀਆਂ, ਉਹਨੂੰ ਭੈਣ ਦੀਆਂ, ਉਹਨੂੰ ਮਤਲਬ ਇੱਕ ਚਾਲਬਾਜ਼ ਔਰਤ ਦੀਆਂ, ਹਨਾ ਉਹਨੂੰ ਛੱਡੋ ਉਹਦੀ ਇੰਟਰਵਿਊ ਲੈਣ ਵਾਲੀ, ਉਹ ਰਗੜਤੀ ਵਿੱਚੇ ਇਹ ਚੀਜ਼ ਨਾਲ ਆਪਣੇ ਪੰਜਾਬੀ ਆਪਣੀ ਛਵੀ ਕੀ ਬਣਾਉਣਾ ਚਾਹੁੰਦੇ ਆ ਜੀ, ਕੀ ਸ਼ੋਅ ਕਰਨਾ ਚਾਹੁੰਦੇ ਆ ਲੋਕਾਂ ਨੂੰ ਵੀ ਅਸੀਂ ਏਡੇ ਘੈਂਟ ਆ, ਅਸੀਂ ਇੱਕ ਆਮ ਕੁੜੀ ਨੂੰ ਉਹਦੀ ਵੀਡੀਓ ਤੇ ਤੁਸੀਂ ਥੱਲੇ ਗਾਲਾਂ ਕੱਢਣ ਲੱਗ ਜਾਓ, ਤਾਂ ਰੀਪ੍ਰੈਜੈਂਟ ਕੀ ਕਰਦੇ ਆਪਦੇ ਆਪ ਨੂੰ, ਇਹ ਗਾਲ ਕੱਢ ਮਹਿਕਮਾ, ਤੁਹਾਡੇ ਵਿਚਾਰ ਨਹੀਂ ਰਲਦੇ, ਹਨਾ ਤੁਸੀਂ ਯਾਰ ਅਗਲੇ ਨੂੰ ਸਾਫ਼ ਸ਼ਬਦਾਂ ਦੇ ਵਿੱਚ ਲਿਖ ਦਿਓ ਵੀ ਭਾਈ ਤੂੰ ਗਲਤ ਆ, ਤੂੰ ਝੂਠਾ। ਹੁਣ ਤੁਸੀਂ ਇਹ ਦੇਖੋ ਵੀ ਬਾਈ ਹੋਰਾਂ ਦਾ ਐਕਸੀਡੈਂਟ ਹੁੰਦਾ, ਤਾਂ ਬਾਈ ਹੋਰਾਂ ਦਾ ਸੰਸਕਾਰ ਪਰਿਵਾਰ ਨੇ ਕਰਿਆ ਨਾ, ਹਾਂਜੀ ਪਰਿਵਾਰ 2-4 ਦਿਨ ਵੇਟ ਵੀ ਕਰ ਸਕਦਾ ਸੀ, ਪਰਿਵਾਰ ਇਹ ਵੀ ਕਹਿ ਸਕਦਾ ਸੀਗਾ ਵੀ ਭਾਈ ਅਸੀਂ ਤਾਂ ਪੋਸਟਮਾਰਟਮ ਕਰਵਾਵਾਂਗੇ, ਤਾਂ ਪ੍ਰਾਈਵੇਟ ਪੱਧਰ ਤੇ ਕਰਵਾਵਾਂਗੇ, ਵੀਡੀਓਗ੍ਰਾਫੀ ਕਰਦੇ, ਗੱਲ ਪ੍ਰੂਵ ਹੁੰਦੀ ਵੀ ਐਕਸੀਡੈਂਟ ਦੀ ਕਿੱਦਾਂ। ਪਰ ਗੱਲ ਇਹ ਹੈ ਵੀ ਰੀਨਾ ਰਾਏ ਦੋਸ਼ੀ ਨਹੀਂ ਹੈਗੀ, ਉਹਨੂੰ ਮੈਂ ਨਹੀਂ ਕਹਿੰਦਾ ਵੀ ਹਾਂ, ਇੱਕ ਉਹ ਕਹਿੰਦੀ ਵੀ ਸ਼ਹੀਦ ਨਹੀਂ ਦੀਪ, ਹਨਾ ਦੇਖੋ ਉਹਨੇ ਕਹਿ ਤਾ ਵੀ ਸ਼ਹੀਦ ਨਹੀਂ, ਇਹ ਉਹ ਦੀਪ ਦੀਆਂ ਬਾਈ ਦੇ ਬਚਨਾਂ ਦੀ ਪਹਿਰਾ ਦੇ ਰਹੀ ਹੈ, ਦੀਪ ਬਾਈ ਵੀ ਕਹਿਣਾ ਹੁੰਦਾ ਸੀਗਾ ਜਿਹੜੇ ਕਿਸਾਨ ਮੋਰਚੇ ਚ ਬੰਦੇ ਮਰ ਜਾਂਦੇ ਸੀ, ਲੋਕ ਕਹਿੰਦੇ ਸ਼ਹੀਦ ਹੋ ਗਿਆ ਸ਼ਹੀਦ ਹੋ ਗਿਆ, ਬਾਈ ਕਹਿੰਦਾ ਜੀ ਉਹ ਤਾਂ ਬਿਮਾਰੀ ਨਾਲ ਮਰਿਆ, ਵੀ ਸ਼ਹੀਦੀ ਦਾ ਕੰਸੈਪਟ ਹੋ ਰਿਹਾ ਇਹਨੂੰ ਖਰਾਬ ਨਾ ਕਰੋ, ਠੀਕ ਹੈ ਉਹ ਤਾਂ ਸਗੋਂ ਉਸੇ ਦੇ ਉਹਦੀ ਪਹਿਰਾ ਦੇ ਰਹੀ ਹੈ, ਉਹਦੇ ਪਹਿਰਾ ਦੇ ਰਹੀ ਹੈ, ਪਲੱਸ ਉਹਨੇ ਕਦੋਂ ਕਿਹਾ ਵੀ ਬਾਕੀ ਲੋਕ ਸ਼ਹੀਦ ਨਾ ਕਹਿਣ, ਉਹਨੇ ਖੁਦ ਆਪਦਾ ਇੱਕ ਆਪਦੀ ਗੱਲ ਦੱਸ ਦੋ ਵੀ ਮੇਰਾ ਕੀ ਵਿਊ ਪੁਆਇੰਟ ਹੈ, ਮੈਂ ਸ਼ਹੀਦ ਨਹੀਂ ਮਰਦਾ, ਲੋਕ ਥੋੜਾ ਰੋਕ ਲੈਣਗੇ, ਪਹਿਲੀ ਸਾਇਲੈਂਟ ਕਰ ਲਓ, ਲੋਕਾਂ ਨੂੰ ਥੋੜਾ ਰੋਕ ਲੈਣਾ, ਰੋਕ ਤਾਂ ਜਿਹੜਾ ਕੋਈ ਸ਼ਹੀਦ ਮੰਨ ਲੈ ਮੰਨਣ ਦੋ ਬਾਈ ਦੇ, ਮੈਂ ਤਾਂ ਸਿਰਫ ਇਹ ਕਹਿਣਾ ਵੀ ਜਿੰਨੇ ਲੋਕ ਦੀਪ ਵੀਰ ਨੂੰ ਪਿਆਰ ਕਰਦੇ ਨੇ ਉਹ ਕਰਦੇ ਨੇ ਵੀ ਯਾਰ ਤੁਸੀਂ ਉਹਦੀ ਆਤਮਾ ਨਾ ਤੜਫਾਓ, ਉਹ ਬੰਦਾ ਜਿਸ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ ਉਹਨੂੰ ਆਪਾਂ ਗਾਲਾਂ ਦੇ ਰਹੇ ਹਾਂ, ਜਿਹਦੇ ਲਈ ਉਹ ਜਿੰਦ ਜਾਨ ਉਹਦੀ ਹਾਜ਼ਰ ਸੀ ਵੀ ਵਿਚਾਰਾ ਉਹ ਇੱਥੇ ਕਰੂਸ਼ਲ ਚੋਣ ਪ੍ਰਚਾਰ ਛੱਡ ਕੇ ਬੰਬੇ ਦਿੱਲੀ ਜਾਂਦਾ, ਵੈਲੰਟਾਈਨ ਮਨਾਉਂਦਾ, ਹਨਾ ਆਪਦੇ ਪਿਆਰ ਦਾ ਇਜ਼ਹਾਰ ਕਰਦਾ, ਨਾਲ ਲਈ ਆ ਰਿਹਾ, ਉਹਦੇ ਲਈ ਅਹਿਮੀਅਤ ਰੱਖਦੀ ਸੀ ਨਾ, ਉਹਨੂੰ ਆਪਾਂ ਦੇ ਰਹੇ ਹਾਂ ਗਾਲਾਂ, ਸਗੋਂ ਆਪਣੇ ਪੰਜਾਬੀਆਂ ਨੂੰ ਤਾਂ ਆਪਾਂ ਨੂੰ ਸਾਰਿਆਂ ਨੂੰ ਉਹਨੂੰ ਇੰਪੋਰਟੈਂਸ ਦੇਣੀ ਚਾਹੀਦੀ ਹੈ, ਦੀਪ ਬਾਈ ਦੀ ਫੈਮਿਲੀ ਦੇ ਵਿੱਚ ਉਹ ਮੇਨ ਸੀਗੀ, ਇੰਪੋਰਟੈਂਸ ਇੰਪੋਰਟੈਂਸ ਦੇਣ ਭਾਵੇਂ ਨਾ ਦੇਣ, ਪਰ ਉਹ ਕੁੜੀ ਤੇ ਇਲਜ਼ਾਮ ਲਾਉਣਾ ਬਿਲਕੁਲ ਗਲਤ ਹੈ, ਉਹ ਕਹਿੰਦੀ ਮੇਰੇ ਨਾਲ ਓਪਨ ਡਿਬੇਟ ਕਰੋ, ਉਹਨੂੰ ਅਲਝਾਓ, ਉਹਨੂੰ ਗੱਲਾਂ ਚ ਓਪਨ ਹੋਣਾ ਚਾਹੀਦਾ, ਕੈਮਰਿਆਂ ਤੇ ਹੋਣਾ ਚਾਹੀਦਾ, ਜੇ ਉਹ ਗਲਤ ਹੋਈ ਝੂਠ ਹੋਇਆ ਉਹਦਾ ਸਾਰਾ ਫੜਿਆ ਜਾਊਗਾ, ਠੀਕ ਹੈ। ਪਲੱਸ ਅੱਜ ਕੱਲ੍ਹ ਤਾਂ ਆਪਣੀ ਪੁਲਿਸ ਹੈ ਜਿਹੜੀ ਇੱਥੇ ਪੰਜਾਬ ਹਰਿਆਣਾ ਦੀ ਪੁਲਿਸ, ਉਹ ਏਦਾਂ ਦੀ ਪੁਲਿਸ ਹੈ ਵੀ ਉਹ ਨਾ ਮੌਕਾ ਬਚਾਉਂਦੀ ਹੈ, ਅੱਜ ਤੁਸੀਂ ਥਾਣਾ ਘੇਰ ਲਓ ਜਾ ਕੇ ਵੀ ਅਸੀਂ ਤਾਂ ਜੀ ਆਹ ਗੱਲ, ਸੜਕਾਂ ਬੰਦ ਕਰ ਦਿਓ, ਹਨਾ ਉਹ ਗਲਤ ਹੁੰਦੇ ਤੇ ਵੀ FIR ਦੇ ਦਿੰਦੇ ਨੇ ਵੀ ਯਾਰ ਇਹਨਾਂ ਤੋਂ ਖਹਿੜਾ ਛੜਾਓ, ਬਾਕੀ ਕੋਰਟ ਦੇਖੀ ਜਾਓ, ਫਿਰ ਇਹਨਾਂ ਦੇ ਖਿਲਾਫ਼ ਕਰਕੇ ਤੁਸੀਂ ਕਹੋ ਵੀ ਇਹ ਭਾਈ ਇਹਦੇ ਤੇ ਕੋਈ ਮਤਲਬ ਤੰਗ ਕਰੋ ਉਹਨੂੰ, ਪਰ ਮੈਂ ਕਹਿੰਦਾ ਉਹਨੂੰ ਕਿਉਂ ਤੰਗ ਕਰਨਾ, ਉਹ ਸੱਚੀ ਹੈ, ਮੈਂ ਪਲੱਸ ਇਹ ਕਹਿ ਰਿਹਾ ਵੀ ਉਹਨੂੰ ਕੋਈ ਮਾਰ ਦੂਗਾ ਵਿਚਾਰੀ ਨੂੰ, ਕੋਈ ਬੰਦਾ ਇਹ ਕਹੂਗਾ ਮੈਂ ਪੰਥ ਚ ਨਾਂ ਬਣਾਉਣਾ, ਮੈਂ ਮੇਰਾ ਨਾਂ ਉਹਦੇ ਚ ਲਿਖਿਆ ਜਾਊਗਾ, ਬਾਈ ਨੇ ਬਾਈ ਦਾ ਬਦਲਾ ਲਿਆ, ਉਹਨੇ ਮਾਰ ਦੇਣੀ ਆ, ਰੀਨਾ ਦਾ ਕੋਈ ਕਸੂਰ ਨੀ ਸੀ ਨਾ ਜੀ ਉਹਦੀ, ਬਸ ਨਹੀਂ ਨਹੀਂ ਸੱਚੀ ਹੈ, ਉਹਦੇ ਨਾਲ ਹਮਦਰਦੀ ਹੋਣੀ ਚਾਹੀਦੀ ਹੈ, ਉਹਨੇ ਸਾਰਾ ਕੁਛ ਖੋ ਲਿਆ, ਆਪਦਾ ਪਿਆਰ ਖੋ ਲਿਆ, ਆਪਦਾ ਹਸਬੈਂਡ ਖੋ ਲਿਆ, ਠੀਕ ਹੈ, ਉਹਨੇ ਵਿਆਹ ਤਾਂ ਕਰਾਉਣ ਜਾ ਰਹੀ ਸੀ ਨਾ, ਉਹਨੇ ਆਪਦਾ ਰਿਲੇਸ਼ਨ ਕਦੇ ਲੁਕੋਇਆ ਨਹੀਂ, ਤੇ ਪਲੱਸ ਸਟੇਟ ਵਾਲੀਆਂ ਜਿਹੜੀਆਂ ਗੱਲਾਂ ਨੇ ਇਹ ਮਤਲਬ ਉਹ ਸਾਰੇ ਜਵਾਬ ਦੇ ਰਹੀ ਆ,
ਪਲੱਸ ਜੇ ਸਟੇਟ ਏਜੰਟ ਹੁੰਦੀ ਆਪਦਾ ਕੰਮ ਕਰਦੀ ਨਿਕਲ ਜਾਂਦੀ ਲੋਕਾਂ ਦੇ ਵਿੱਚ ਆ ਕੇ ਜਾਣ ਨੂੰ ਖਤਰੇ ਚ ਕਿਉਂ ਪਾਊਗੀ ਉਹ ਵੀਰ ਗਾਲਾਂ ਨਾ ਕੱਢੋ ਗਾਲਾਂ ਕੱਢਣੀਆਂ ਬਹੁਤ ਮਾੜੀਆਂ ਹਨਾ ਤੇ ਚਲੋ ਠੀਕ ਆ ਆਪਾਂ ਤਾਂ ਆਪਣੇ ਵਰਗੇ ਹੋਈ ਜਾਂਦੇ ਨੇ ਕੁੜੀਆਂ ਨੂੰ ਨਾ ਕੱਢੋ ਠੀਕ ਹੈ ਵਿਚਾਰੀ ਕੁੜੀ ਉਹ ਗਲਤ ਹੈ ਤੁਸੀਂ ਕਾਮਨ ਸੈਂਸ ਖੋਲੋ ਆਪਦੀ ਲੜੀਆਂ ਜੋੜੋ ਇੰਟਰਵਿਊਆਂ ਸੁਣੋ ਮਤਲਬ ਉਹਦੇ ਤੇ ਸਵਾਰ ਨਾ ਹੋਵੋ ਵੀ ਹਾਂਜੀ ਕਿਸੇ ਨੇ ਕਹਿਤਾ ਹਨਾ ਹੁਣ ਕੱਲ ਇੱਕ ਲੇਡੀ ਕਹਿ ਰਹੀ ਹੈ ਕਹਿੰਦੀ ਤੇਰੇ ਨਾਲ ਬੈਠਾ ਉਹਦੀ ਡੈਥ ਹੋ ਗਈ ਇੰਟਰਵਿਊ ਦੇ ਵਿੱਚ ਜੀ ਉਦਾਂ ਕੈਮਰੇ ਤੇ ਬੋਲ ਰਹੀ ਕਹਿੰਦੀ ਵੀ ਤੂੰ ਉਹਨੂੰ ਜੱਫੀ ਕਿਉਂ ਨਾ ਪਾਈ ਤੇਰੇ ਖੂਨ ਤੇ ਕੱਪੜੇ ਕਿਉਂ ਨੀ ਆਪਣਾ ਕੱਪੜਿਆਂ ਦੇ ਖੂਨ ਕਿਉਂ ਨੀ ਹੁਣ ਦੇਖਿਆ ਜਾਵੇ ਯਾਰ ਦੀਪ ਨੂੰ ਤਾਂ ਬਾਈ ਨੂੰ ਕੱਢਿਆ ਹੋਣਾ ਉਧਰਲੀ ਵਿੰਡੋ ਤੋਂ ਹਨਾ ਉਹ ਤਾਂ ਐਂ ਪ੍ਰੈਸ ਹੋਈ ਪਈ ਹੈ ਸਕੋਰਪੀਓ ਤਾਂ ਸਾਰੀ ਉਹ ਤੇ ਇਹਨੂੰ ਇੱਧਰੋਂ ਕੱਢਿਆ ਹੋਣਾ ਪਲੱਸ ਉਹ ਕੁੜੀ ਆ ਨਾਜ਼ੁਕ ਜੀ ਹੈਗੀ ਆ ਉਹ ਉਹਦੇ 'ਚ ਐਡਾ ਹੌਸਲਾ ਹੋਣਾ ਵੀ ਉਹ ਬਲੱਡ ਦੇਖ ਕੇ ਬਲੱਡ ਨੂੰ ਫੇਸ ਕਰ ਲਵੇ ਬਿਲਕੁਲ ਮਤਲਬ ਕੋਈ ਕਰ ਲੈਂਦਾ ਹੁੰਦਾ ਕੋਈ ਨਹੀਂ ਕਰਦਾ ਉਹ ਕਹਿੰਦੀ ਮੈਂ ਨਹੀਂ ਕਰ ਸਕਦੀ ਪਰ ਉਹਨੇ ਨਹੀਂ ਮਰਵਾਇਆ ਨਾ ਉਹ ਮਰਵਾ ਸਕਦੀ ਹੈ ਮੈਂ ਦੀਪ ਬਾਈ ਦੀ ਮੌਤ ਤੇ ਜੇ ਕੋਈ ਸਭ ਤੋਂ ਵੱਧ ਰੋਂਦਾ ਦੇਖਿਆ ਉਹ ਦੇਖਿਆ ਉਹ ਦੇਖੀ ਦੁੱਖ ਵੀ ਤਾਂ ਉਹਨੂੰ ਹੈ ਬਈ ਚਲੋ ਵੀਰੇ ਸਾਡੀ ਤਾਂ ਅੱਡੀ ਇੱਕ ਗੱਲ ਸੀਗੀ ਵੀ ਉਹ ਕੁੜੀ ਸਾਡੀ ਨਿਗਾਹ ਦੇ ਵਿੱਚ ਸੱਚੀ ਹੈ ਤੁਸੀਂ ਆਪਦੀ ਕਾਮਨ ਸੈਂਸ ਦੇ ਨਾਲ ਸੋਚ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ